ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬੀ ਬਲੌਗਰ ਰਿਤਿਕਾ ਸ਼ਰਮਾ ਰੀਅਲ ਲਾਈਫ। ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਸਟੈਫੀ ਦੀਆਂ ਵੀਡੀਓ। ਇਹ ਵੀਡੀਓ ਹੈਗੀ ਅੱਜ ਤੋਂ ਡੇਢ ਦੋ ਮਹੀਨੇ ਪਹਿਲਾਂ ਦੀ, ਤੇ ਇਹ ਮੈਨੂੰ ਫ਼ੋਨ ਦੇ ਵਿੱਚੋਂ ਮਿਲੀ, ਮੇਰੇ ਦੂਸਰੇ ਫ਼ੋਨ ਦੇ ਵਿੱਚ ਬਣਾਈ ਸੀ, ਤੇ ਮੇਰੇ ਦਿਮਾਗ 'ਚੋਂ ਨਿਕਲ ਗਿਆ ਸੀ ਕਿ ਮੈਂ ਕੋਈ ਵੀਡੀਓ ਵੀ ਬਣਾਈ ਹੈ। ਬਸ ਇੱਦਾਂ ਹੀ ਕੰਮ ਕਾਰਾਂ ਦੇ ਵਿੱਚ ਬਿਜੀ ਆ, ਯਾਦ ਹੀ ਨਹੀਂ ਰਿਹਾ ਕਿ ਸਟੈਫੀ ਦੀ ਕੋਈ ਵੀਡੀਓ ਵੀ ਬਣੀ ਹੋਈ ਆ, ਤੇ ਬਸ ਉਹ ਅੱਜ ਵੀਡੀਓ ਮਿਲ ਗਈ, ਉਹੀ ਸ਼ੇਅਰ ਕਰ ਰਹੀ ਹਾਂ ਕਿ ਪਤਾ ਹੀ ਚੱਲਦਾ ਟਾਈਮ ਕਿੱਦਾਂ ਬੀਤ ਜਾਂਦਾ। ਅੱਜ ਇਹ ਵੱਡਾ ਹੋ ਗਿਆ, ਉਹਦੇ ਇਹ ਡੇਢ ਕੁ ਮਹੀਨੇ ਦਾ ਸੀਗਾ ਤੇ ਜਦੋਂ ਅਸੀਂ ਲੈ ਕੇ ਆਏ ਹਾਂ, ਅੱਜ ਇਹਨੂੰ ਚੌਥਾ ਮਹੀਨਾ ਲੱਗ ਗਿਆ। ਤੇ ਬੈਠੀ ਬੈਠੀ ਸੋਚ ਰਹੀ ਸੀ ਕਿ ਟਾਈਮ ਕਿੱਦਾਂ ਬੀਤਦਾ ਸਾਨੂੰ ਪਤਾ ਹੀ ਨਹੀਂ ਚੱਲਦਾ ਕੁਛ। ਇਹ ਪਾਲਾ ਜਿਹੜੇ ਕੈਮਰੇ 'ਚ ਕੈਦ ਹੋ ਜਾਂਦੇ ਆ, ਅਸੀਂ ਜਦ ਮਰਜ਼ੀ ਇਹਨਾਂ ਨੂੰ ਦੇਖ ਲੈਂਦੇ ਹਾਂ। ਜਦੋਂ ਕਈ ਵਾਰ ਮੇਰੇ ਚੈਨਲ 'ਤੇ ਵਿਊ ਨਹੀਂ ਆਉਂਦੇ ਨਾ, ਤੇ ਫਿਰ ਮੇਰੇ ਦਿਮਾਗ 'ਚ ਹੁੰਦਾ ਕਿ ਚਲੋ ਛੱਡੋ, ਵਿਊ ਤਾਂ ਆਉਂਦੇ ਨਹੀਂ, ਕੀ ਫਾਇਦਾ ਇੰਨੀ ਮਿਹਨਤ ਕਰਨ ਦਾ। ਪਰ ਜਦੋਂ ਮੈਂ ਫਿਰ ਇਹ ਦੇਖਦੀ ਹਾਂ ਆਪਣੀਆਂ ਵੀਡੀਓ ਬਣਾਈਆਂ ਹੋਈਆਂ, ਫਿਰ ਮੇਰੇ ਮਨ 'ਚ ਇਹ ਹੁੰਦਾ ਕਿ ਮੇਰੇ ਜੋ ਜ਼ਿੰਦਗੀ ਦੇ ਖੂਬਸੂਰਤ ਪਲ ਆ ਉਹ ਇਹਦੇ ਵਿੱਚ ਕੈਦ ਹੋ ਰਹੇ ਆ। ਅਤੇ ਉੱਦਾਂ ਅਸੀਂ ਰੀਅਲ ਲਾਈਫ ਦੇ ਵਿੱਚ ਇੰਨੀਆਂ ਕਿੰਨੀਆਂ ਕੁ ਵੀਡੀਓ ਬਣਾ ਪਾਉਂਦੇ ਹਾਂ। ਇਹ ਤਾਂ ਇੱਕ ਚੈਨਲ ਇੱਕ ਬਹਾਨਾ ਹੈ ਕਿ ਆਪਣੀ ਜੋ ਵੀ ਯਾਦਾਂ ਨੇ ਇਹਦੇ ਵਿੱਚ ਕੈਦ ਹੋ ਜਾਂਦੀਆਂ ਨੇ, ਜਦੋਂ ਮਰਜ਼ੀ ਚੱਕ ਕੇ ਅਸੀਂ ਦੇਖ ਸਕਦੇ ਹਾਂ। ਉੱਦਾਂ ਤਾਂ ਕਿਸੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ, ਘਰ ਦੇ ਕੰਮਕਾਰ 'ਚ ਹਰ ਕੋਈ ਇੰਨਾ ਬਿਜੀ ਹੁੰਦਾ, ਲਾਈਫ ਦੇ ਵਿੱਚ ਬਿਜੀ ਹੁੰਦਾ, ਹਰ ਇਨਸਾਨ ਆਪਣੀਆਂ ਟੈਨਸ਼ਨਾਂ 'ਚ ਘਿਰਿਆ ਹੋਇਆ ਹੁੰਦਾ। ਜਿਸ ਦਿਨ ਦਾ ਸਟੱਫੀ ਸਾਡੇ ਘਰ 'ਚ ਆਇਆ ਅਤੇ ਘਰ ਦਾ ਮਾਹੌਲ ਬਹੁਤ ਚੇਂਜ ਹੋ ਗਿਆ। ਜਿੱਦਾਂ ਘਰ ਦੇ ਵਿੱਚ ਇੱਕ ਛੋਟਾ ਬੱਚਾ ਆ ਜਾਂਦਾ, ਸਭ ਦਾ ਧਿਆਨ ਉਸ ਬੱਚੇ 'ਚ ਰਹਿੰਦਾ, ਉਹੀ ਕੰਮ ਸਾਡੇ ਘਰ ਦੇ ਵਿੱਚ ਆ। ਜਿਸ ਦਿਨ ਦਾ ਇਹ ਆਇਆ ਹੈ, ਸਾਰਿਆਂ ਦਾ ਧਿਆਨ ਇਹਦੇ ਵਿੱਚ ਹੁੰਦਾ, ਜਦੋਂ ਵੀ ਕਿਤੋਂ ਆ ਰਹੇ ਨੇ ਜਾ ਰਹੇ ਨੇ। ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸ਼ਰਾਰਤੀ ਹੋ ਗਿਆ, ਅਤੇ ਇਹਦੀਆਂ ਸ਼ਰਾਰਤਾਂ ਵੀ ਬੜੀਆਂ ਕਿਊਟ ਕਿਊਟ ਨੇ। ਮੇਰਾ ਤਾਂ ਧਿਆਨ ਹਰ ਪਲ ਇਹਦੇ ਵਿੱਚ ਹੀ ਹੁੰਦਾ। ਜੇ 2 ਮਿੰਟ ਵੀ ਇਹਨੂੰ ਕੋਈ ਨਾ ਦਿਖੇ ਨਾ, ਚਿੱਕਾ ਮਾਰਨੀਆਂ ਸ਼ੁਰੂ ਕਰ ਦਿੰਦਾ ਕਿ ਮੈਨੂੰ ਇਕੱਲੇ ਨੂੰ ਛੱਡ ਤਾ। ਇਹਦੀਆਂ ਕਿਊਟ ਕਿਊਟ ਸ਼ਰਾਰਤਾਂ ਮੈਂ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕਰਦੀ ਰਹਿੰਦੀ ਹਾਂ, ਅਤੇ ਬੜੀਆਂ ਪਿਆਰੀਆਂ ਸ਼ਰਾਰਤਾਂ ਕਰਦਾ ਏ। ਮੈਂ ਇਹ ਸੋਚਦੀ ਰਹਿੰਦੀ ਹਾਂ ਕਿ ਜਦੋਂ ਇਹ ਸਾਡੇ ਘਰ 'ਚ ਨਹੀਂ ਸੀਗਾ, ਉਦੋਂ ਤੇ ਅੱਜ ਦੇ ਮਾਹੌਲ 'ਚ ਬਹੁਤ ਅੰਤਰ ਹੈ। ਪਤਾ ਹੀ ਲੱਗਿਆ ਕਿਸ ਟਾਈਮ ਇਹ ਸਾਡੀ ਫੈਮਿਲੀ ਦਾ ਹਿੱਸਾ ਬਣ ਗਿਆ। ਜਦੋਂ ਅਸੀਂ ਇਹਨੂੰ ਉੱਥੇ ਗਏ ਸੀ ਪਟਿਆਲੇ, ਅਸੀਂ ਸੋਚਿਆ ਥੋੜ੍ਹੀ ਸੀ ਕਿ ਅਸੀਂ ਕੋਈ ਇੱਦਾਂ ਲੈ ਕੇ ਆਉਣਾ ਛੋਟਾ ਜਿਹਾ ਕਿਊਟ ਜਿਹਾ ਪੱਪੀ, ਪਰ ਮੇਰੇ ਮਨ 'ਚ ਇਹੀ ਇੱਛਾ ਹੁੰਦੀ ਸੀ। ਜਦੋਂ ਬੱਚੇ ਕਹਿੰਦੇ ਸੀ ਕਿ ਡੋਗੀ ਲੈਣਾ, ਮੈਂ ਕਹਿੰਦੀ ਸੀ ਕਿ ਵਾਈਟ ਕਲਰ ਦਾ ਹੋਣਾ ਚਾਹੀਦਾ ਅਤੇ ਮੈਂ ਸਟੱਫੀ ਨਾਮ ਰੱਖਣਾ। ਉਹੀ ਬਿਲਕੁਲ ਸੇਮ ਉੱਦਾਂ ਹੀ ਹੋਇਆ। ਇੰਨਾ ਕਿਊਟ ਹੈ ਇਹ, ਬਹੁਤ ਜ਼ਿਆਦਾ। ਇਹਨੂੰ ਲਿਆਉਣ ਨਾਲ ਇੱਦਾਂ ਲੱਗਦਾ ਜਿੱਦਾਂ ਹੁਣ ਸਾਡੀ ਫੈਮਿਲੀ ਕੰਪਲੀਟ ਹੋ ਗਈ ਆ। ਪਹਿਲਾਂ ਕੁਛ ਅਧੂਰਾ ਜਿਹਾ ਸੀਗਾ ਅਤੇ ਹੁਣ ਕੰਪਲੀਟ ਹੋ ਗਿਆ। ਜਿੱਦਾਂ ਕਈ ਵਾਰ ਨਾ ਦਿਮਾਗ 'ਚ ਕੋਈ ਟੈਨਸ਼ਨ ਜਿਹੀ ਹੁੰਦੀ ਆ, ਇਹਦੇ ਨਾਲ ਖੇਡਦੇ ਕਿ ਟੈਨਸ਼ਨ ਜੀ ਪਤਾ ਹੀ ਨਹੀਂ ਚੱਲਦਾ ਕਿੱਦਾਂ ਚੱਲ ਗਈ। ਦੇਖੋ ਕਿੰਨਾ ਕਿਊਟ ਹੈ, ਕਿੰਨਾ ਸਵੀਟ ਹੈ, ਛੋਟਾ ਜਿਹਾ ਬੱਚਾ। हो गया लवी, लव आवाज मारे नो किथे लवी, आवाज मार लवी, ओ ते लवी लवी लवी, ओशी ओशी ओशी, ओ दे चाती कह लो मत लवी बाय बोल। हाय हाय, हाँ ठीक करा, पैसे चक ले अलमारी तो कोई ना, ध्यान नाल चल जा, कोई ना ध्यान नाल चल जा, बाय बाय कर दो ना, स्टॉप बाय कर, देख क्या बाय बाय बोल दो कि चीजी लेके आयो, कि चीजी जाएगी, हाँ चीजी लेके आयो ना, ते नहीं जाना, ते नहीं जाना, गया तेनू लेके गया, नहीं लेके गया स्टोबू नू। Till I get up, time is barely on our side. I don't wanna waste what's left. The storms we chase are leading us, and love is all we'll ever trust. Yeah, no, I don't wanna waste what's left. And I अदर देख स्टेफू ले Close till I get up. Time is barely on our side. I don't wanna waste what's left. The storms we chase are leading us, and love is all we'll ever trust. Yeah, no, I don't wanna waste what's left. And on we'll go through the wastelands, through the highways, till my shadow turns to sun rays. And on we'll go through the wastelands, through the highways. And on we'll go. Through the highways, till my shadow turns to sun rays. And on we'll go through the wastelands, through the highways. And on we'll go. See the horizon, turn us to thousands, and we'll grow in number, fueled by them to see the horizon, turn us to thousands. And on we'll go through the wastelands, through the highways, till my shadow turns to sun rays. And till I get up, time is barely. जे तुहानू मेरी अज दी वीडियो वधिया लगी लाइक शेयर सबसक्राइब जरूर कर लियो। खुश रहो, अपना ते अपनी फैमिली दा ख्याल रखो। मिलदी हाँ फिर आने वाली वीडियोज़, तद तक ली बाय बाय।